ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਆਪਾਂ ਜਦੋਂ ਕਈ ਵਾਰ ਸਵੇਰੇ 3 ਤੋਂ 5 ਵਜੇ ਦੇ ਵਿੱਚ ਆਪਣੀ ਜਾਗ ਖੁੱਲ ਜਾਂਦੀ ਤਾਂ ਕਿਉਂ ਖੁੱਲਦੀ ਉਸ ਸਮੇਂ ਫਿਰ ਕੀ ਕਰਨਾ ਚਾਹੀਦਾ ਵੇਖੋ ਜੇ ਇਸ ਸਮੇਂ ਆਪਣੀ ਅੱਖ ਜਾਗ ਖੁੱਲਦੀ ਤਾਂ ਆਪਾਂ ਨੂੰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਵਾਹਿਗੁਰੂ ਜੀ ਦੀ ਸਾਡੇ ਤੇ ਮਿਹਰ ਵਾਇਗੁਰੂ ਜੀ ਚਾਹੁੰਦੇ ਨੇ ਕਿ ਤੁਸੀਂ ਚੰਗੇ ਪਾਸੇ ਲੱਗੋ ਤੇ ਕੁਦਰਤ ਵੀ ਆਪਣਾ ਸਾਥ ਦੇ ਰਹੀ ਹੁੰਦੀ ਹੈ ਆਪਾਂ ਕੋਈ ਚੰਗਾ ਕਰਮ ਕੀਤਾ ਸੀ ਜਿਸ ਦਾ ਆਪਾਂ ਨੂੰ ਫਲ ਮਿਲ ਰਿਹਾ ਹੁੰਦਾ ਕਿਹਾ ਜਾਂਦਾ ਹੈ ਜੇ ਕਿਸੇ ਬੱਚੇ ਨੂੰ ਪੜ੍ਹਨ ਵਿੱਚ ਸਮਝ ਨਹੀਂ ਆ ਰਿਹਾ ਜਾਂ ਕਿਸੇ ਮੁਸੀਬਤ ਦਾ ਹੱਲ ਨਹੀਂ ਮਿਲ ਰਿਹਾ ਤਾਂ ਉਸ ਸਮੇਂ ਉੱਠ ਕੇ ਵਾਇਗੁਰੂ ਅਗੇ ਅਰਦਾਸ ਕਰੋ ਉਹ ਕਦੇ ਵਿਅਰਥ ਨਹੀਂ ਜਾਂਦੀ ਵੇਖੋ ਜੇ ਆ ਆਪਣੀ ਜਾਗ ਖੁੱਲ ਗਈ ਹੈ ਤਾਂ ਰੱਬ ਦਾ ਨਾਮ ਲੈ ਅੰਮ੍ਰਿਤ ਵੇਲੇ ਉੱਠ ਜਾਓ ਜੇ ਆਪਾਂ ਫਿਰ ਪਾਸਾ ਵਟਕੇ ਸੋ ਜਾਂਦੇ ਆਂ ਤਾਂ ਆਪਾਂ ਤੇ ਵੈਗਰੂ ਦਿੱਤੀ ਜੋ ਦਾਤ ਹੈ ਜੋ ਮਹਿਰ ਹੈ ਆਪਾਂ ਤੁਹਾਨੂੰ ਲੈਣਾ ਹੀ ਨਹੀਂ ਚਾਹੁੰਦੇ ਆਪਾਂ ਭਾਵੇਂ ਕਿੰਨੀ ਗੂੜੀ ਨਿੰਦਰ ਸੋਈਏ ਪਰ ਇਸ ਵੇਲੇ ਜਾਗ ਖੁੱਲੇ ਤਾਂ ਇੱਕ ਗੱਲ ਸਮਝੋ ਵੀ ਕੋਈ ਵੀ ਚੀਜ਼ ਮਨੁੱਖ ਦੀ ਜ਼ਿੰਦਗੀ ਵਿੱਚ ਬਿਨਾਂ ਕਾਰਨ ਤੋਂ ਨਹੀਂ ਹੁੰਦੀ ਹਰ ਗੱਲ ਪਿੱਛੇ ਕੋਈ ਨਾ ਕੋਈ ਵਜ੍ਹਾ ਹੁੰਦੀ ਆਪਾਂ ਰਾਤ ਨੂੰ ਸੌਂਨੇ ਆ ਤਾਂ ਕਈ ਵਾਰ ਆਪਾਂ ਨੂੰ ਕਈ ਸੁਪਨੇ ਆਉਂਦੇ ਨੇ ਤੇ ਹਰੇਕ ਸੁਪਨੇ ਦਾ ਵੀ ਕੋਈ ਨਾ ਕੋਈ ਭਾਵ ਜ਼ਿੰਦਗੀ ਵਿੱਚ ਜ਼ਰੂਰ ਹੁੰਦਾ ਹੈ ਜਦੋਂ ਆਪਣੀ ਜੇ ਜਾਗ ਇਸ ਸਮੇਂ ਖੁੱਲਦੀ ਪਈਏ ਤਾਂ ਵੇਖੋ ਇਸ ਸਮੇਂ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਵੀ ਇਸ ਸਮੇਂ ਆਪਾਂ ਨੂੰ ਉੱਠਣ ਲਈ ਕਿਹਾ ਤੇ ਹਰ ਪਾਸੇ ਇਸ ਸਮੇਂ ਵਾਹਿਗੁਰੂ ਜੀ ਦੇ ਨਾਮ ਦਾ ਪਸਾਰਾ ਹੁੰਦਾ ਤੇ ਇਹ ਸਮਾਂ ਆਪਾਂ ਨੂੰ ਵੀ ਤਾਕਤ ਦਿੰਦਾ ਹੈ ਇਸ ਸਮੇਂ ਵਿੱਚ ਬਹੁਤ ਵੱਡੀ ਸ਼ਕਤੀ ਹੈ ਇਹ ਤਾਂ ਆਪਾਂ ਸਭ ਜਾਣਦੇ ਆਂ ਆਪਾਂ ਨੂੰ ਬਸ ਉਸ ਨੂੰ ਸਮਝਣ ਦੀ ਲੋੜ ਹੈ ਇਸ ਸਮੇਂ ਉਹਨਾਂ ਦੀ ਜਾਗ ਖੁੱਲਦੀ ਹੈ ਜਿਨ੍ਹਾਂ ਨੂੰ ਇਹ ਤਾਕਤ ਖੁਸ਼ੀਆਂ ਤੇ ਨਿਰੋਗਤਾ ਪ੍ਰਦਾਨ ਕਰਨਾ ਚਾਹੁੰਦੇ ਜੇ ਜਾਗ ਖੁੱਲਦੀ ਹੈ ਤਾਂ ਆਪਣੇ ਲਈ ਚੰਗਾ ਸੰਕੇਤ ਹੈ ਵੀ ਇਹ ਆਪਣੇ ਲਈ ਖੁਸ਼ੀਆਂ ਆਉਣ ਵਾਲੀਆਂ ਨੇ ਉਂਝ ਤੇ ਆਪਾਂ ਜਾਣਦਿਆਂ ਵੀ ਸਿਰਫ ਅੰਮ੍ਰਿਤ ਵੇਲੇ ਉੱਠਣਾ ਮਾਣਹੀ ਨਹੀਂ ਤਣਵੀ ਇਹਦੇ ਨਾਲ ਵਧੀਆ ਹੁੰਦਾ ਪਰ ਅੰਮ੍ਰਿਤ ਵੇਲੇ ਉੱਠਣ ਦੇ ਆਪਾਂ ਨੂੰ ਧਾਰਮਿਕ ਫਾਇਦੇ ਵੀ ਮਿਲਦੇ ਨੇ ਜੋ ਤਿੰਨ ਤੋਂ 5 ਵਜੇ ਉੱਠਦੇ ਨੇ ਉਹ ਸਾਰਾ ਦਿਨ ਤਰੋ-ਤਾਜ਼ਾ ਮਹਿਸੂਸ ਕਰਦੇ ਨੇ ਜਿਨ੍ਹਾਂ ਨੂੰ ਮਾਨਸਿਕ ਤਣਾਅ ਹੈ ਉਹ ਇਸ ਸਮੇਂ ਨੰਗੀ ਪੈਰੀ ਘਾਹ ਤੇ ਤੁਰਨ ਜਦੋਂ ਪੰਛੀਆਂ ਦੀ ਚੰਚਨਾਹਾਰ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਪੈਣ ਗਿਆ ਤੇ ਹਰ ਤਰ੍ਹਾਂ ਦੇ ਰੋਗ ਆਪੇ ਦੂਰ ਹੋਣਗੇ ਕੁਦਰਤ ਸਾਡੇ ਸਾਰੇ ਦੁੱਖ ਦੂਰ ਕਰਨ ਦੇ ਸਮਰੱਥ ਹੈ ਆਪਾਂ ਸਰੀਰ ਉਸ ਸਮੇਂ ਊਰਜਾ ਨਾਲ ਭਰਿਆ ਜਾਵੇਗਾ ਜਿਸ ਨੂ ਬ੍ਰਹਮਾਣ ਕਹਿੰਦੇ ਨੇ ਤੇ ਜੇ ਇਸ ਸਮੇਂ ਅੱਖ ਖੋਲ੍ਹ ਲਈਏ ਤਾਂ ਆਪਣੇ ਅੰਦਰ ਉਹ ਊਰਜਾ ਆਉਂਦੀ ਜੋ ਆਪਾਂ ਨੂੰ ਆਪਣੇ ਪਰਿਵਾਰ ਕੰਮਕਾਰ ਨੂੰ ਇਹ ਦਿਸ਼ਾ ਦਵਾਂਗੇ ਜੋ ਆਪਾਂ ਪਹਿਲਾਂ ਗਵਾ ਚੁੱਕੇ ਸੀ ਵੇਖੋ ਜਦੋਂ ਆਪਣੀ ਜਾਗ ਖੁੱਲੀ ਤਾਂ ਸੋਚੋ ਵੀ ਜੇ ਆਪਾਂ ਉਸ ਸਮੇਂ ਪਾਸਾ ਨਾ ਮਾਰਿਆ ਸੁੱਤੇ ਨਾ ਤੇ ਉਠ ਗਏ ਤਾਂ ਆਪਣੇ ਕੋਲ ਦੂਜਿਆਂ ਨਾਲੋਂ ਜ਼ਿਆਦਾ ਸਮਾਂ ਹੋਵੇਗਾ ਹੁਣ ਉਸ ਸਮਾਂ ਆਪਾਂ ਕੀ ਕਰਨਾ ਇਹ ਜ਼ਿਆਦਾ ਜ਼ਰੂਰੀ ਉਸ ਸਮੇਂ ਵਾਈਗੁਰੂ ਦਾ ਨਾਮ ਲੈ ਆਪਾਂ ਜੋ ਸਮਾਂ ਬਚਦਾ ਜਿਵੇਂ ਮੰਨ ਲਓ ਬੱਚੇ ਨੇ ਉਹ ਪੜ ਸਕਦੇ ਨੇ ਵੱਡੇ ਆਪਣੇ ਭਵਿੱਖ ਨੂੰ ਸੁਧਾਰਨ ਲਈ ਜੋ ਸਮਾਂ ਉਹ ਚੰਗੇ ਪਾਸੇ ਲਾ ਸਕਦੇ ਨੇ ਜੇ ਆਪਾਂ ਨਹੀਂ ਉੱਠੇ ਤਾਂ ਆਪਣੇ ਦਿਨ ਦੀ ਸ਼ੁਰੂਆਤ ਹੀ ਲੇਟ ਹੋਵੇਗੀ ਤਾਂ ਸਮਾਂ ਤੇ ਆਪਣੀ ਚਾਲ ਚੱਲਦਾ ਜਾਵੇਗਾ ਪਰ ਆਪਾਂ ਉਸ ਸਮੇਂ ਸ਼ਾਮ ਨੂੰ ਥੱਕ ਚੁੱਕੇ ਹੋਵਾਂਗੇ ਪਰ ਕੰਮ ਅਜੇ ਵੀ ਸਿਰ ਤੇ ਉਵੇਂ ਖੜੇ ਹੋਣਗੇ ਤੇ ਫਿਰ ਕੰਮ ਆਪਾਂ ਛੱਡ ਚੁੱਕੇ ਹੋਵਾਂਗੇ ਤੇ ਉਦੋਂ ਆਪਾਂ ਆਪਣਾ ਸਮਾਂ ਗਵਾ ਦਿੱਤਾ ਸਮਝੋ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਆਪਾਂ ਆਪਣੇ ਅੰਮ੍ਰਿਤ ਵੇਲੇ ਦਾ ਪਹਿਲਾ ਇੱਕ ਘੰਟਾ ਜਿਵੇਂ ਸਮਾਂ ਲਾਉਂਦੇ ਆ ਉਵੇਂ ਸਾਰਾ ਦਿਨ ਲੰਘਦਾ ਉੱਠੇ ਲੇਟ ਸਾਰਾ ਕੰਮ ਭੱਜ-ਭੱਜ ਕੀਤਾ ਮਨ ਤੇ ਚਿੰਤਾ ਤੇ ਦਿਨ ਦੀ ਸ਼ੁਰੂਆਤ ਇਤਨਾ ਨਾਲ ਹੋਈ ਤੇ ਫਿਰ ਦਿਨ ਵੀ ਉਵੇਂ ਦਾ ਲੰਗੇਗਾ ਹੁਣ ਤਾਂ ਸਾਇੰਸ ਵੀ ਕਹਿੰਦੀ ਹੈ ਜੋ ਅੰਮ੍ਰਿਤ ਵੇਲੇ ਜਲਦੀ ਉੱਠਦੇ ਨੇ ਉਹ ਜ਼ਿਆਦਾ ਚੰਗਾ ਸੋਚਦੇ ਨੇ ਸ਼ਾਂਤ ਸੁਭਾਅ ਦੇ ਹੋ ਜਾਂਦੇ ਨੇ ਇਹ ਸਮੇਂ ਗਿਆਨ ਵਿੱਚ ਜੋ ਵਾਅਦਾ ਕਰਦਾ ਉਹ ਸਾਰੀ ਉਮਰ ਰਹਿੰਦਾ ਇਹ ਗੱਲ ਦੇਖੋ ਜਦੋਂ ਲੇਟ ਸੋਵਾਂਗੇ ਲੇਟ ਉੱਠਾਂਗੇ ਤਾਂ ਸਿਹਤ ਵੀ ਖਰਾਬ ਹੋਵੇਗੀ ਕਿਹਾ ਜਾਂਦਾ ਹੈ ਨਾ ਜੋ ਜਾਗਦਾ ਹੈ ਉਹ ਸਭ ਕੁਝ ਲੈ ਜਾਂਦਾ ਹੈ ਜੋ ਸੌਂਦਾ ਹੈ ਉਹ ਸਭ ਗਵਾ ਲੈਂਦਾ ਫਿਰ ਆਓ ਅੰਮ੍ਰਿਤ ਵੇਲਾ ਸੰਭਾਲੀਏ ਵਾਈਗਰੂ ਜੀ ਦੀ ਮਿਹਰ ਪ੍ਰਾਪਤ ਕਰੀਏ